ਅਗਸਤਾ ਵੈਸਟਲੈਂਡ ਘਟਾਲਾ ਮਾਮਲੇ ਵਿੱਚ ਵਿਚੋਲੇ ਕ੍ਰਿਸਟਿਨ ਨੂੰ ਦੁਬਈ ਤੋਂ ਭਾਰਤ ਲਿਆਂਦਾ 3600 ਕਰੋੜ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੇ ਕ੍ਰਿਸਟਿਨ ਮਿਸ਼ੇਲ ਜੇਮਸ ਨੂੰ ਬੀਤੀ ਲੰਗੀ ਰਾਤ ਸੰਯੁਕਤ ਅਰਬ ਅਮੀਰਾਤ ਤੋਂ ਹਵਾਲਗੀ ਨਾਲ ਵਾਪਸ ਲਿਆਂਦਾ ਗਿਆ CBI ਨੇ ਇਹ ਜਾਣਕਾਰੀ ਦਿੱਤੀ ਸੱਤਾਧਾਰੀ ਭਾਜਪਾ ਨੇ ਇਸ ਨੂੰ ਭਾਰਤ ਦੀ ਕੂਟਨੀਤਿਕ ਜਿੱਤ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਗਾਂਧੀ ਪਰਿਵਾਰ ਲਈ ਗੰਭੀਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਬੀਤੀ ਲੰਗੀ ਰਾਤ ਕਰੀਬ 10:35 ਮਿੰਟ ਉਤੇ ਕ੍ਰਿਸਟਿਨ ਨੂੰ ਗਲਫ ਸਟ੍ਰੀਮ ਜਹਾਜ਼ ਰਾਹੀਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲਿਆਂਦਾ ਗਿਆ ਜ਼ਿਕਰਯੋਗ ਹੈ ਕਿ CBI ਦੇ ਪਟੇਲਾ ਹਾਊਸ ਕੋਰਟ ਦੇ ਵਿਸ਼ੇਸ਼ ਜੱਜ ਨੇ 24 ਸਤੰਬਰ 2015 ਨੂੰ ਕ੍ਰਿਸਟਿਨ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਜਿਸ ਦੇ ਆਧਾਰ ਉਤੇ ਫਰਵਰੀ 2017 ਨੂੰ ਦੁਬਈ ਵਿੱਚ ਉਸ ਦੀ ਗ੍ਰਫਤਾਰੀ ਲਈ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ